ਅਸਾਂ ਛੇੜਛਾਣੀ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਮੁਰਦਾਬਾਦ ਪੰਜਾਬ ਅਸਾਲੀ ਮੁਰਦਾਬਾਦ 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 ਚੱਲ ਮੁਰਦਾਬਾਦ ਮੁਰਦਾਬਾਦ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਪਦਮਾਵਤੀ ਵਿਵਾਦਾਂ 'ਚ ਆ ਗਈ ਹੈ। ਪਦਮਾਵਤੀ ਫਿਲਮ ਨੂੰ ਲੈ ਕੇ ਦੇਸ਼ ਭਰ ਰਾਜਪੂਤ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮ ਵਿੱਚ ਰਾਣੀ ਪਦਮਾਵਤੀ ਦੇ ਚਰਿੱਤਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿੱਚ ਰਾਜਪੂਤ ਸ਼ਕਤੀ ਸੈਨਾ ਵੱਲੋਂ ਰਾਸ਼ਟਰੀ ਪ੍ਰਧਾਨ ਐਡਵੋਕੇਟ ਨਰੇਸ਼ ਠਾਕੁਰ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦਾ ਪੁਤਲਾ ਵੀ ਫੂਕਿਆ ਗਿਆ। ਰਾਜਪੂਤ ਸ਼ਕਤੀ ਸੈਨਾ ਨੇ ਕਿਹਾ ਕਿ ਫਿਲਮ ਵਿੱਚ ਰਾਣੀ ਪਦਮਾਵਤੀ ਦੇ ਇਤਿਹਾਸ ਤਥਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ, ਜਿਸ ਨਾਲ ਰਾਜਪੂਤ ਅਤੇ ਹਿੰਦੂ ਸੰਗਠਨਾਂ ਨਾਲ ਸੰਬੰਧਿਤ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ। ਇੰਨਾ ਹੀ ਨਹੀਂ, ਉਹਨਾਂ ਨੇ ਕਿਹਾ ਕਿ ਇਸ ਫਿਲਮ ਨੂੰ ਬੈਨ ਕੀਤਾ ਜਾਵੇ। ਪਤਾ ਸਾਰੇ ਹਿੰਦੁਸਤਾਨ 'ਚ ਮਹਾਰਾਣੀ ਪਦਮਾਵਤੀ ਦੇ ਜਿਹੜੀ ਫਿਲਮ ਬਣਾਈ ਗਈ ਹੈ, ਇਤਿਹਾਸ ਨੂੰ ਤੋੜ ਮਰੋੜ ਕੇ ਦੱਸਿਆ ਗਿਆ, ਉਹਦੇ ਖਿਲਾਫ ਸਾਰੇ ਹਿੰਦੁਸਤਾਨ 'ਚ ਸਾਰੇ ਹਿੰਦੂ ਵਰਗਾਂ ਦੇ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਔਰ ਬੜੇ ਹੀ ਵਿਦਰੋਹ ਕਰ ਰਿਹਾ ਗਿਆ ਕਿ ਉਹ ਜਿਹੜੀ ਫਿਲਮ ਚਲਾਈ ਜਾ ਰਹੀ ਹੈ ਉਹਦੇ 'ਚ ਇਤਿਹਾਸ ਦੇ ਤੱਥਾਂ ਨੂੰ ਬਹੁਤ ਤੋੜ ਮਰੋੜ ਕੇ ਦੱਸਿਆ ਗਿਆ। ਰਾਣੀ ਪਦਮਾਵਤੀ ਇੱਕ ਇਤਿਹਾਸ ਦਾ ਬਹੁਤ ਪਵਿੱਤਰ ਪਾਤਰ ਹੈ, ਉਹ 16,000 ਸਖੀਆਂ ਦੇ ਨਾਲ ਇਸ ਕਰਕੇ ਜਲ ਕੇ ਜੋਹਰ ਦੇ ਵਿੱਚ ਖਤਮ ਹੋ ਗਈ ਸੀ ਕਿ ਉਹ ਜਿਹੜਾ ਮੁਸਲਮਾਨ ਸ਼ਾਸਕ ਜਿਹੜਾ ਉਸ ਟਾਈਮ ਤੇ ਹਮਲਾਵਰ ਸੀਗਾ ਅਲਾਉਦੀਨ ਖਿਲਜੀ, ਉਹਦੀ ਮ੍ਰਿਤਕ ਦੇਸ਼ ਨੂੰ ਵੀ ਹੱਥ ਨਾਲ ਲਾ ਸਕੇ ਔਰ ਉਹਨੇ ਹਿੰਦੂ ਨਾਰੀ ਜਿਹੜੀ ਭਾਰਤੀ ਨਾਰੀ ਦੇ ਸਨਮਾਨ ਵਾਸਤੇ ਉਸ ਟਾਈਮ 16,000 ਸਖੀਆਂ ਨੂੰ ਨਾਲ ਲੈ ਕੇ ਉਸਨੇ ਜੋਹਰ ਕੀਤਾ ਔਰ ਆਪਣੇ ਸਰੀਰ ਨੂੰ ਅਗਨੀ ਭੇਟ ਕੀਤਾ। ਅੱਜ ਦਾ ਇਹ ਡਾਇਰੈਕਟਰ ਸੰਜੇ ਲੀਲਾ ਬੰਸਾਲੀ ਚੰਦ ਪੈਸਿਆਂ ਲਈ ਔਰ ਜਿਹੜੀ ਫੰਡਿੰਗ ਹੁੰਦੀ ਹੈ ਉਹਨਾਂ ਨੂੰ ਕਿੱਥੋਂ ਹੁੰਦੀ ਹੈ ਇਹਦਾ ਕੋਈ ਪਤਾ ਨਹੀਂ ਹੈ, ਉਹ ਹਿੰਦੁਸਤਾਨ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਦੱਸਣਾ ਚਾਹੁੰਦਾ ਔਰ ਹਿੰਦੂਆਂ ਦੇ ਉੱਤੇ ਇਹ ਕਲਚਰਲ ਅਤਿਕਮਾਦ ਹੈ ਔਰ ਕਲਚਰਲ ਹਮਲਾ, ਤਾਂ ਕਿ ਸਾਡੀ ਸੱਭਿਅਤਾ ਜਿਹੜੀ ਸਾਡੀ ਇੰਨੀ ਅਮੀਰ ਸੱਭਿਅਤਾ ਇੰਨੀ ਬਲਦਾਨਾਂ ਨਾਲ ਭਰੀ ਹੋਈ ਸੱਭਿਅਤਾ ਇਹਨੂੰ ਖਤਮ ਕੀਤਾ ਜਾ ਸਕੇ ਔਰ ਇਸ ਸੱਭਿਅਤਾ ਨੂੰ ਜਿਹੜਾ ਇਹਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾ ਸਕੇ। ਇਹ ਗੱਲ ਨੂੰ ਲੈ ਕੇ ਇਹ ਜਿਹੜਾ ਇਹ ਫਿਲਮ ਲੈ ਕੇ ਆਇਆ, ਅੱਗੇ ਵੀ ਇਹਨੇ ਕਈ ਵਾਰੀ ਅਜਿਹੀ ਫਿਲਮਾਂ ਬਣਾਈਆਂ ਜਿਹਦੇ ਇਤਿਹਾਸ ਨਾਲ ਤੋੜ ਮਰੋੜ ਕੀਤੀ ਗਈ ਆ। ਇਸ ਵਾਰੀ ਅਸੀਂ ਬਿਲਕੁਲ ਇਹਨੂੰ ਬਖਸ਼ਣ ਦੇ ਮੂਡ ਵਿੱਚ ਨਹੀਂ ਆ। ਜੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਤੇ ਉਹਨਾਂ ਦੀ ਜ਼ਿੰਮੇਵਾਰੀ ਆਪਣੀ ਹੋਏਗੀ, ਜੇ ਉਹਨਾਂ ਦਾ ਨੁਕਸਾਨ ਹੋਏਗਾ ਤੇ ਉਹ ਜ਼ਿੰਮੇਵਾਰ ਖੁਦ ਹੋਣਗੇ। ਅਸੀਂ ਬਿਲਕੁਲ ਇਸ ਗੱਲ ਦੇ ਜ਼ਿੰਮੇਵਾਰ ਨਹੀਂ ਹੋਵਾਂਗੇ। ਅਸੀਂ ਪੰਜਾਬ ਸਰਕਾਰ ਨੂੰ ਇਸ ਮੋਰਚੇ ਦੇ ਵਜੋਂ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਇਹ ਫਿਲਮ ਨਾ ਰਿਲੀਜ਼ ਹੋਏ। ਜੇ ਰਿਲੀਜ਼ ਹੁੰਦੀ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਜਿਹੜਾ ਸਮਾਜ ਦੇ ਵਰਗਾਂ ਦਾ ਸੌਹਾਰਦ ਹੈ, ਜਿਹੜਾ ਉਹਨਾਂ ਦਾ ਪੀਸ ਹੈ ਉਹਨੂੰ ਮੇਨਟੇਨ ਰੱਖਣ ਔਰ ਸਾਡੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਠੇਸ ਨਾ ਪੁੱਜੇ। ਇਸ ਕਰਕੇ ਮਾਰਚ ਕੱਢਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰਤ ਪਈ ਤੇ ਇਹ ਤਾਂ ਵੱਡੇ ਮਾਰਚ ਕੱਢੇ ਜਾਣਗੇ ਔਰ ਸਾਨੂੰ ਸਰਕਾਰ ਨੂੰ ਸਾਨੂੰ ਆਸ਼ਵਾਸਨ ਚਾਹੀਦਾ ਕਿ ਸਾਨੂੰ ਸਰਕਾਰ ਮਜਬੂਰ ਨਾ ਕਰੇ ਕਿ ਅਸੀਂ ਆਉਣ ਵਾਲੇ ਟਾਈਮ ਤੇ ਕੋਈ ਹੋਰ ਤਗੜਾ ਸਟੈਪ ਲੈਣ ਲਈ ਮਜਬੂਰ ਹੋਈਏ। ਅਸੀਂ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਗਲਤ ਜਾਂ ਕਿਸੇ ਤਰ੍ਹਾਂ ਦਾ ਪੈਨਿਕ ਮਾਹੌਲ ਪੈਦਾ ਹੁੰਦਾ ਤੇ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੋਏਗੀ। ਸਰਕਾਰ ਨੂੰ ਚਾਹੀਦਾ ਅਜਿਹੀਆਂ ਫਿਲਮਾਂ ਨੂੰ ਬਿਲਕੁਲ ਨਾ ਲਾਏ। ਆਪਣੇ ਵੱਲੋਂ ਵੀ ਦਿੱਤਾ ਜਾ ਰਿਹਾ ਮੈਮੋਰੰਡਮ? ਬਿਲਕੁਲ, ਅਸੀਂ ਮੈਮੋਰੰਡਮ ਗੁਰਦਾਸਪੁਰ ਡਿਪਟੀ ਕਮਿਸ਼ਨਰ ਨੂੰ ਦੇਣ ਜਾ ਰਹੇ ਹਾਂ ਔਰ ਅਗਲੇ ਹਫ਼ਤੇ ਸਾਡਾ ਇੱਕ ਜਿਹੜਾ ਡੈਲੀਗੇਸ਼ਨ ਹੈਗਾ ਉਹ ਆਪਣਾ ਰਾਜਪਾਲ ਪੰਜਾਬ ਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦਾ ਜਿਹੜਾ ਪ੍ਰੋਗਰਾਮ ਲੀਕ ਚੁੱਕਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।